AGTF ਦੇ ਵੱਲੋਂ ਇਨਕਾਊਂਟਰ ਕਰ ਦਿੱਤਾ ਗਿਆ। ਗੁਰਮੀਤ ਸਿੰਘ ਮਾਨ ਨਾਮ ਹੈ, ਕਾਲਾ ਧਨੌਲਾ ਦੇ ਨਾਮ ਤੋਂ ਮਸ਼ਹੂਰ ਸੀ ਕਾਲਾ ਧਨੌਲਾ, ਪਰ ਉਹਨਾਂ ਦਾ ਅਸਲੀ ਨਾਮ ਗੁਰਮੀਤ ਸਿੰਘ ਮਾਨ, ਜਿਸ ਦਾ ਇਨਕਾਊਂਟਰ ਕੀਤਾ ਗਿਆ। ਹਿਸਟਰੀ ਸ਼ੀਟਰ ਦੱਸਿਆ ਜਾਂਦਾ ਹੈ ਕਾਲਾ ਧਨੌਲਾ। ਕਾਬਲੇ ਗੌਰ ਹੈ ਕਿ ਇਸ ਪੂਰੇ ਮਾਮਲੇ ਵਿੱਚ ਤੁਹਾਨੂੰ ਦੱਸ ਦਈਏ ਕਿ ਕਾਲਾ ਧਨੌਲਾ ਦੇ ਉੱਤੇ ਜੋ ਸਾਡੇ ਕੋਲ ਜਾਣਕਾਰੀ ਹੈ 60 ਦੇ ਕਰੀਬ ਮਾਮਲੇ ਦਰਜ ਸੀ, 60 ਤੋਂ ਵੀ ਜ਼ਿਆਦਾ, ਔਰ ਦੂਜੇ ਪਾਸੇ ਪੁਲਿਸ ਉਸਦੀ ਭਾਲ ਕਰ ਰਹੀ ਸੀ। ਕਾਲਾ ਧਨੌਲਾ ਦੇ ਉੱਤੇ ਇਲਜ਼ਾਮ ਹੈ ਕਿ ਉਹ ਆਪਣੀ ਇੱਕ ਗੈਂਗ ਨੂੰ ਆਪਰੇਟ ਕਰ ਰਿਹਾ ਸੀ। ਇਲਜ਼ਾਮ ਨੇ ਕਿ ਕਰੀਬ ਇੱਕ ਮਹੀਨਾ ਪਹਿਲਾਂ ਚੜ੍ਹਦੇ ਸਾਲ 2024 ਦੇ ਵਿੱਚ ਧਨੌਲਾ ਦੇ ਇੱਕ ਬਲਾਕ ਪ੍ਰਧਾਨ, ਕਾਂਗਰਸ ਦੇ ਬਲਾਕ ਪ੍ਰਧਾਨ ਦੇ ਉੱਤੇ ਹਮਲਾ ਕੀਤਾ ਗਿਆ ਅਤੇ ਉਸਦੇ ਇਲਜ਼ਾਮ ਕਾਲਾ ਧਨੌਲਾ ਅਤੇ ਉਸਦੇ ਸਾਥੀਆਂ ਦੇ ਉੱਤੇ ਹੀ ਲੱਗੇ ਸਨ। ਹਾਲਾਂਕਿ ਜਿਹੜੇ ਬਲਾਕ ਪ੍ਰਧਾਨ ਸੁਰਿੰਦਰਪਾਲ ਸੀ, ਉਹਨਾਂ ਦੇ ਪੈਰ ਦੇ ਵਿੱਚ ਗੋਲੀ ਵੱਜੀ ਸੀ, ਉਹ ਜ਼ਖਮੀ ਹੋ ਗਏ ਸਨ, ਔਰ ਉਸ ਤੋਂ ਬਾਅਦ ਲਗਾਤਾਰ ਪੁਲਿਸ ਭਾਲ ਕਰ ਰਹੀ ਸੀ। ਔਰ ਜੋ ਸਾਡੇ ਕੋਲ ਜਾਣਕਾਰੀ ਹੈ ਕਿ ਬਰਨਾਲਾ ਸੰਗਰੂਰ ਰੋਡ ਦੇ ਉੱਤੇ ਜਿਹੜਾ ਪਿੰਡ ਹੈ ਬਡਬਰ, ਟੋਲ ਪਲਾਜ਼ਾ ਵੀ ਹੈ ਬਡਬਰ, ਬਡਬਰ ਟੋਲ ਪਲਾਜ਼ਾ ਦੇ ਨੇੜੇ ਜਿਹੜਾ ਇਹ ਪੁਲਿਸ ਨੇ ਘੇਰਾ ਪਾਇਆ ਕਾਲਾ ਧਨੌਲਾ ਨੂੰ। ਜਦੋਂ ਪੁਲਿਸ ਨੂੰ ਇਨਪੁੱਟ ਮਿਲੇ ਸਨ ਤੇ ਉਸ ਤੋਂ ਬਾਅਦ ਕਾਲਾ ਧਨੌਲਾ ਨੂੰ ਘੇਰ ਲਿਆ ਗਿਆ। ਔਰ ਜੋ ਜਾਣਕਾਰੀ ਪੁਲਿਸ ਦੇ ਵੱਲੋਂ ਦਿੱਤੀ ਜਾ ਰਹੀ ਹੈ ਕਿ ਕਾਲਾ ਧਨੌਲਾ ਨੇ ਪੁਲਿਸ ਦੇ ਉੱਤੇ ਫਾਇਰਿੰਗ ਕਰ ਦਿੱਤੀ ਤੇ ਇਸ ਫਾਇਰਿੰਗ ਦੇ ਵਿੱਚ ਦੋ ਪੁਲਿਸ ਵਾਲੇ ਜ਼ਖਮੀ ਹੋ ਗਏ ਨੇ, ਗੰਭੀਰ ਜ਼ਖਮੀ ਹੋਏ ਨੇ, ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਜਵਾਬੀ ਕਾਰਵਾਈ ਦੇ ਵਿੱਚ ਕਾਲਾ ਧਨੌਲਾ ਢੇਰ ਕਰ ਦਿੱਤਾ ਗਿਆ ਪੁਲਿਸ ਦੇ ਵੱਲੋਂ ਇਸ ਇਨਕਾਊਂਟਰ ਦੇ ਵਿੱਚ। ਪਿਛਲੇ 2 ਤੋਂ 3 ਮਹੀਨਿਆਂ ਦਾ ਅਸੀਂ ਜ਼ਿਕਰ ਕਰੀਏ ਤਾਂ AGTF ਦਾ ਐਕਸ਼ਨ ਗੈਂਗਸਟਰਾਂ ਦੇ ਖਿਲਾਫ ਪੰਜਾਬ ਦੇ ਵਿੱਚ ਲਗਾਤਾਰ ਨਜ਼ਰ ਆਇਆ ਹੈ। ਹਿਸਟਰੀ ਸ਼ੀਟਰ ਕਾਲਾ ਧਨੌਲਾ ਦਾ ਇਨਕਾਊਂਟਰ ਕਰ ਦਿੱਤਾ ਗਿਆ। ਇਹ ਕੈਟਾਗਰੀ ਦਾ ਇਹ ਗੈਂਗਸਟਰ ਸੀ। ਇਹ ਕੈਟਾਗਰੀ ਦਾ ਸਿੱਧਾ ਜਿਹਾ ਮਤਲਬ ਇਹ ਹੁੰਦਾ ਕਿ ਜਿਹੜੇ ਸਭ ਤੋਂ ਜ਼ਿਆਦਾ ਕੁਖਿਆਤ ਨੇ ਜਾਂ ਜਿਹੜੇ ਜਿਹਨਾਂ ਦੇ ਉੱਤੇ ਬਹੁਤ ਗੰਭੀਰ ਜਾਂ ਸੰਗੀਨ ਇਲਜ਼ਾਮ ਨੇ, ਤਾਂ ਉਹਨਾਂ ਨੂੰ ਇਹ ਕੈਟਾਗਰੀ ਦੇ ਵਿੱਚ ਰੱਖਿਆ ਜਾਂਦਾ ਹੈ। ਇਹ ਕੈਟਾਗਰੀ ਦੇ ਵਿੱਚ ਰੱਖਿਆ ਗਿਆ ਸੀ ਕਾਲਾ ਧਨੌਲਾ, ਜੋ ਅਸੀਂ ਪਹਿਲਾਂ ਜ਼ਿਕਰ ਕਰ ਰਹੇ ਸੀ। ਕਾਲਾ ਧਨੌਲਾ ਖੁਦ ਨੂੰ ਹਾਲਾਂਕਿ ਬੇਕਸੂਰ ਦੱਸਦਾ ਰਿਹਾ ਹਮੇਸ਼ਾ ਕਿ ਉਸਦੇ ਉੱਤੇ ਜਾਣਬੁੱਝ ਕੇ ਪਰਚੇ ਕਰ ਦਿੱਤੇ ਗਏ। ਕਹਿ ਰਹੇ ਸਭ ਦੇ ਵਿਚਾਲੇ ਇਸ ਸਮੇਂ ਦੀ ਵੱਡੀ ਖਬਰ ਹੈ ਕਾਲਾ ਧਨੌਲਾ ਦੇ ਨਾਲ ਜੁੜੀ ਹੋਈ, ਇਨਕਾਊਂਟਰ ਕਰ ਦਿੱਤਾ ਗਿਆ। ਕਾਲਾ ਧਨੌਲਾ ਦੀ ਮੌਤ ਹੋ ਗਈ ਹੈ। ਕਾਲਾ ਧਨੌਲਾ ਬਰਨਾਲਾ ਦੇ ਧਨੌਲਾ ਦੇ ਨਾਲ ਸੰਬੰਧ ਰੱਖਦਾ ਹੈ। ਜੋ ਸਾਡੇ ਕੋਲ ਜਾਣਕਾਰੀ ਹੈ ਕਿ ਧਨੌਲਾ ਸਿਆਸਤ ਦੇ ਵਿੱਚ ਵੀ ਇੱਕ ਸਮੇਂ ਸਰਗਰਮ ਰਿਹਾ, ਖਾਸ ਤੌਰ 'ਤੇ ਧਨੌਲਾ ਨਗਰ ਕੌਂਸਲ ਦੀ, ਅਤੇ ਉੱਥੇ ਉਪ ਪ੍ਰਧਾਨ ਵੀ ਰਿਹਾ ਸੀ, ਮੀਤ ਪ੍ਰਧਾਨ ਵੀ ਰਿਹਾ ਧਨੌਲਾ ਕੌਂਸਲ ਦਾ, ਅਤੇ ਉਹਨਾਂ ਦੇ ਮਦਰ ਯਾਨੀ ਕਿ ਕਾਲਾ ਧਨੌਲਾ ਦੇ ਮਾਤਾ ਜੀ ਉਹ ਉੱਥੇ ਦੇ ਪ੍ਰਧਾਨ ਸੀ ਉਸ ਸਮੇਂ। ਇਲਜ਼ਾਮ ਇਹ ਵੀ ਨੇ ਕਿ ਦਹਿਸ਼ਤ ਸੀ ਉਸ ਸਮੇਂ ਕਾਲਾ ਧਨੌਲਾ ਦੀ, 2015 ਦੇ ਆਸ ਪਾਸ ਇਹ ਦੱਸਿਆ ਜਾਂਦਾ ਘਟਨਾਕ੍ਰਮ ਕਿ ਉਹਨਾਂ ਦੇ ਸਾਹਮਣੇ ਆ ਕੇ ਕੋਈ ਇਲੈਕਸ਼ਨ ਦੇ ਵਿੱਚ ਖੜਾ ਵੀ ਨਹੀਂ ਹੋਇਆ। ਜਦੋਂ ਪ੍ਰਧਾਨ ਦੀ ਚੋਣ ਹੋਣੀ ਸੀ ਤਾਂ ਫਿਰ ਸਰਬਸੰਮਤੀ ਦੇ ਨਾਲ ਕਾਲਾ ਧਨੌਲਾ ਦੀ ਮਦਰ ਨੂੰ ਪ੍ਰਧਾਨ ਚੋਣ ਲਿਆ ਗਿਆ ਸੀ। ਇਸ ਤਰੀਕੇ ਦੀ ਜਾਣਕਾਰੀ ਨਿਕਲ ਕੇ ਸਾਹਮਣੇ ਆਉਂਦੀ ਹੈ। ਤਾਂ ਅਹਿਮ ਜਾਣਕਾਰੀ ਔਰ ਇੱਕ ਵੱਡੀ ਖਬਰ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ ਕਾਲਾ ਧਨੌਲਾ ਦੇ ਨਾਲ ਜੁੜੀ ਹੋਈ, ਔਰ ਇਹ ਪੰਜਾਬ ਦੇ ਵਿੱਚ ਬੈਕ ਟੂ ਬੈਕ ਕਈ ਜਿਹੜੇ ਇਨਕਾਊਂਟਰ ਹੋਏ ਨੇ ਉਹਨਾਂ ਦੇ ਵਿੱਚ ਇੱਕ ਹੋਰ ਨਾਮ ਜੁੜ ਗਿਆ। ਤਾਂ ਸੰਦੀਪ ਗੋਇਲ ਜਿਨ੍ਹਾਂ ਦੀ ਅਗਵਾਈ ਦੇ ਵਿੱਚ AGTF ਦੇ ਵੱਲੋਂ ਇਹ ਪੂਰਾ ਇਨਕਾਊਂਟਰ ਅੰਜਾਮ ਦਿੱਤਾ ਗਿਆ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਵੱਲੋਂ, ਤੇ ਉਹਨਾਂ ਦੇ ਨਾਲ ਸੰਦੀਪ ਗੋਇਲ ਦੇ ਨਾਲ ਗੱਲਬਾਤ ਕੀਤੀ ਹੈ ਸਾਡੇ ਸਹਿਯੋਗੀ। ਧਨੌਲਾ ਗੈਂਗਸਟਰ AGTF ਵੱਲੋਂ ਇਨਕਾਊਂਟਰ ਕਰ ਦਿੱਤਾ ਗਿਆ ਵੈ। AGTF ਦੇ AG ਸੰਦੀਪ ਗੋਇਲ ਦੇ ਨਾਲ ਗੱਲਬਾਤ ਕਰਦੇ ਹਾਂ। ਗੋਇਲ ਸਾਹਿਬ, ਇਨਕਾਊਂਟਰ ਬਾਰੇ ਜਾਣਨਾ ਚਾਹੁੰਦੇ ਹਾਂ ਕਿ ਪੂਰਾ ਮਾਮਲੇ, ਕਿੰਨੇ ਮਾਮਲੇ ਇਸ ਦੇ ਉੱਤੇ ਦਰਜ ਸੀਗੇ ਔਰ ਕਿਵੇਂ ਇਸ ਦਾ ਪਿੱਛਾ ਜਿਹੜਾ ਉਹ ਕੀਤਾ ਜਾ ਰਿਹਾ ਸੀ। ਦੇਖੋ, ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦਾ ਕਿ ਗੁਰਮੀਤ ਸਿੰਘ ਕਾਲਾ ਧਨੌਲਾ ਔਰ ਕਾਲਾ ਧਨੌਲਾ ਇਹ ਧਨੌਲੇ ਦਾ ਰਹਿਣ ਵਾਲਾ ਸੀਗਾ, ਤਾਂ ਇਸਦੇ ਵਿਰੁੱਧ ਕਾਫੀ ਮਤਲਬ 50 ਤੋਂ ਵੱਧ ਪਰਚੇ ਦਰਜ ਸਨ। ਇਹਦੇ 302 ਦੇ ਕੇਸ ਵਿੱਚ ਸਜ਼ਾ ਯਾਫਤਾ ਵੀ ਹੈਗਾ। ਇਹਨੇ ਪਿੱਛੇ ਜੇ ਆ ਜਨਵਰੀ ਤੇ ਫਰਵਰੀ ਦੇ ਮਹੀਨੇ ਦੇ ਵਿੱਚ ਬਰਨਾਲੇ ਦੇ ਵਿੱਚ ਇੱਕ ਬੰਦੇ ਤੇ ਜਾਨਲੇਵਾ ਹਮਲਾ ਕੀਤਾ, ਉਹਦੇ ਵਿੱਚ ਇਹ ਭਗੌੜਾ ਸੀਗਾ, ਤੇ ਇਸਨੇ ਇਸ ਏਰੀਆ ਦੇ ਵਿੱਚ ਬਰਨਾਲਾ ਤੇ ਨਾਲ ਦੇ ਸੰਗਰੂਰ ਦੇ ਏਰੀਆ ਵਿੱਚ ਕਾਫੀ ਦਹਿਸ਼ਤ ਫੈਲਾਈ ਵੀ ਸੀਗੀ।
ਤੇ ਇਸ ਕਰਕੇ ਇਹ ਬਰਨਾਲਾ ਪੁਲਿਸ ਤੇ AGTF ਸਾਰੀ ਇਹਦੇ ਤੇ ਹੌਟ ਪਰਸਿਊਟ ਤੇ ਸੀਗੀ। ਅਸੀਂ ਟੈਕਨੀਕਲ ਇਨਪੁਟ ਤੇ ਹਿਊਮਨ ਇੰਟੈਲੀਜੈਂਸ ਨਾਲ ਕੜੀ ਨਾ ਕੜੀ ਜੋੜਦੇ ਹੋਏ ਅਸੀਂ ਇਸ ਨੂੰ ਅੱਜ ਇੱਥੇ ਬੜਬਰ ਦੇ ਇਲਾਕੇ ਧਨੌਲਾ ਪੁਲਿਸ ਥਾਣੇ ਦੇ ਇਲਾਕੇ ਦੇ ਵਿੱਚ ਇਸ ਨੂੰ ਇੱਕ ਟਰੈਪ ਕੀਤਾ ਸੀਗਾ ਤੇ ਇਸਨੇ ਪੁਲਿਸ ਨੂੰ ਦੇਖ ਕੇ ਤੇ ਹੈਵਲੀ ਆਰਮਡ ਸੀਗਾ ਤੇ ਇਸਨੇ ਕਾਫੀ ਫਾਇਰਿੰਗ ਕੀਤੀ ਹੈਗੀ ਹੈ ਜਿਹਦੇ ਵਿੱਚ ਸਾਡਾ ਇੰਸਪੈਕਟਰ ਪੁਸ਼ਪਿੰਦਰ ਸਿੰਘ ਉਸਦੇ ਗੋਲੀ ਵੱਜੀ ਹੈਗੀ ਹੈ ਉਸਨੂੰ ਮੈਡੀਕਲ ਏਡ ਕਰਵਾਈ ਦਿੱਤੀ ਜਾ ਰਹੀ ਹੈ ਤੇ ਇੱਕ ਸਾਡੇ ਸਬ ਇੰਸਪੈਕਟਰ ਜਸਪ੍ਰੀਤ ਸਿੰਘ ਹੈ ਉਹ ਵੀ ਇੰਜਰਡ ਹੈਗਾ। ਸੋ ਇਹ ਸਾਰਾ ਘਟਨਾਕ੍ਰਮ ਹੈ ਇਸ ਵਿੱਚ ਐਕਸਚੇਂਜ ਆਫ ਫਾਇਰ ਦੇ ਵਿੱਚ ਜਿਹੜਾ ਹੈਗਾ ਗੁਰਮੀਤ ਸਿੰਘ ਏਲੀਅਸ ਕਾਲਾ ਧਨੌਲਾ ਨਿਊਟਰਲਾਈਜ਼ ਕਰ ਦਿੱਤਾ ਗਿਆ। ਇਹ ਕਾਲਾ ਧਨੌਲਾ ਇਕੱਲਾ ਸੀਗਾ ਜਾਂ ਫਿਰ ਇਸ ਦੇ ਨਾਲ ਕੋਈ ਹੋਰ ਵੀ ਸੀਗਾ? ਇਸ ਦੇ ਨਾਲ ਇਹਦੇ ਤਿੰਨ ਸਾਥੀ ਹੋਰ ਕਾਬੂ ਕੀਤੇ, ਉਹਨਾਂ ਦੀ ਸਾਰਿਆਂ ਦੀ ਉਹ ਸਾਰੀ ਸ਼ਨਾਖਤ ਤੇ ਪੁੱਛਗਿੱਛ ਕੀਤੀ ਜਾਏਗੀ ਜਿਹੜੀ ਹਲੇ ਤਾਂ ਹਲੇ ਮਤਲਬ ਇਟ ਇਜ਼ ਇਨੀਸ਼ੀਅਲ ਤੇ ਉਸ ਤੋਂ ਬਾਅਦ ਹੀ ਮੈਂ ਕੁਛ ਇਸ ਦੇ ਬਾਰੇ ਕਹਿ ਪਾਵਾਂਗਾ। ਸਰ ਇਹ ਕਿਸੇ ਗੈਂਗ ਨਾਲ ਵੀ ਤਾਲੁਕ ਰੱਖਦਾ ਸੀ ਜਾਂ ਇਸਦੀ ਆਪਣੀ ਗੈਂਗਾਂ ਦੇ ਨਾਲ ਇਹਦੀ ਅਫੀਲੀਏਸ਼ਨ ਸੀਗੀ ਬਟ ਮੋਰਲੈਸ ਇਸਨੇ ਆਪਣਾ ਗੈਂਗ ਹੀ ਬਣਾਇਆ ਹੋਇਆ ਸੀ। ਕਾਫੀ ਦੇਰ ਤੋਂ ਇਹ ਸਕ੍ਰਿਯ ਸੀਗਾ ਬਰਨਾਲਾ ਦੇ ਏਰੀਆ ਵਿੱਚ 20 ਸਾਲਾਂ ਤੋਂ ਤੇ ਜਿਸ ਤਰ੍ਹਾਂ ਮੈਂ ਆਪ ਨੂੰ ਦੱਸਿਆ ਪਹਿਲਾਂ 302 ਦੇ ਕੇਸ ਵਿੱਚ ਵੀ ਇਹ ਸਜ਼ਾ ਯਾਫਤਾ ਹੈਗਾ ਤੇ ਕਾਫੀ ਕੇਸਾਂ ਵਿੱਚ ਕਿਉਂਕਿ ਇਹ ਡਰਾ ਧਮਕਾ ਲੈਂਦਾ ਸੀਗਾ ਤੇ ਆਪਣੇ ਗਵਾਹ ਨੂੰ ਬਿਠਾ ਲੈਂਦਾ ਸੀ ਤੇ ਬਰੀ ਹੋ ਜਾਂਦਾ ਸੀ ਤੇ ਇਸਨੇ ਕਾਫੀ ਆਪਣਾ ਮਤਲਬ ਦਹਿਸ਼ਤ ਦਾ ਮਾਹੌਲ ਬਣਾਇਆ ਹੋਇਆ ਸੀਗਾ ਇਸ ਏਰੀਆ ਦੇ ਵਿੱਚ ਤੇ ਹੁਣ ਇਸਨੇ ਜਨਵਰੀ ਦੇ ਵਿੱਚ ਇੱਕ ਇੱਥੇ ਬਾਲਾ ਨਾਂ ਦੇ ਵਿਅਕਤੀ ਤੇ ਕਾਫੀ ਕਾਫੀ ਗੋਲੀਆਂ ਚਲਾਈਆਂ ਸੀ ਤੇ ਉਸਨੂੰ ਲਗਭਗ ਮਾਰ ਕੇ ਹੀ ਸੁੱਟ ਚੁੱਕਿਆ ਸੀਗਾ ਪਰ ਉਹ ਬਚ ਗਿਆ ਹੈਗਾ। ਉਹਦੇ ਵਿੱਚ ਇਹ ਕੇਸ ਵਿੱਚ ਇਹ ਭਗੌੜਾ ਸੀਗਾ। ਦੂਸਰਾ ਵੀ ਇਹ ਸਰ ਕਿਉਂਕਿ ਇਹ ਕਿਤੇ ਜਾ ਰਿਹਾ ਸੀਗਾ ਜਾਂ ਇਹਨੂੰ ਘੇਰਾ ਪਾਇਆ ਗਿਆ ਕਿੱਥੇ ਸੀਗਾ? ਸਾਨੂੰ ਜਿਵੇਂ ਮੈਂ ਤੁਹਾਨੂੰ ਦੱਸਿਆ ਟੈਕਨੀਕਲ ਤੇ ਸਾਡੇ ਕੋਲ ਹਿਊਮਨ ਇਨਪੁਟ ਸੀਗੀ ਤੇ ਅਸੀਂ ਇਸ ਨੂੰ ਬਰਬਰ ਟ੍ਰੋਲ ਪਾਸ ਦੇ ਅੱਗੇ ਇੱਕ ਹਵੇਲੀ ਦੇ ਕੋਲੇ ਬੈਕ ਦੇ ਵਿੱਚ ਹਵੇਲੀ ਦੇ ਉਹਦੇ ਆਸੇ ਪਾਸੇ ਸਾਰੇ ਕਣਕ ਉੱਗੀ ਹੋਈ ਆ ਉਹਦੇ ਵਿੱਚ ਇਸ ਨੂੰ ਅਸੀਂ ਟਰੈਪ ਕੀਤਾ ਸੀਗਾ। ਇਸਨੇ ਪੁਲਿਸ ਨੂੰ ਟਰੈਪ ਵੇਚਦੇ ਹੋਏ ਤੇ ਸਾਡੇ ਤੇ ਗੋਲੀ ਚਲਾਈ ਹੈਗੀ ਤੇ ਐਕਸਚੇਂਜ ਆਫ ਫਾਇਰ ਦੇ ਵਿੱਚ ਹੀ ਹੈਜ਼ ਬੀਨ ਨਿਊਟਰਲਾਈਜ਼ਡ। ਔਰ ਜਿਹੜੇ ਪੁਲਿਸ ਦੇ ਮੁਲਾਜ਼ਮ ਫੱਟੜ ਹੋਏ ਨੇ ਉਹਨਾਂ ਦੀ ਹਾਲਤ ਕਿਵੇਂ ਦੱਸੀ ਜਾ ਰਹੀ ਹੈ? ਉਹਨਾਂ ਨੂੰ ਕਿੱਥੇ ਗੋਲੀ ਲੱਗੀ? ਹਸਪੀਟਲ ਰੈਫਰ ਕੀਤਾ ਹੈਗਾ ਤੇ ਫਿਰ ਉਸ ਤੋਂ ਬਾਅਦ ਹੀ ਮੈਂ ਤੁਹਾਨੂੰ ਇਸ ਬਾਰੇ ਅਪਡੇਟ ਦੇ ਪਾਵਾਂ। ਤਾਂ ਸੰਦੀਪ ਗੋਇਲ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ, AIG ਨੇ AGTF ਦੇ ਉਹਨਾਂ ਦੇ ਵੱਲੋਂ ਇਹ ਪੂਰੀ ਇਨਫੋਰਮੇਸ਼ਨ ਦਿੱਤੀ ਗਈ ਸੰਦੀਪ ਗੋਇਲ ਦੇ ਵੱਲੋਂ ਕਿ ਤਿੰਨ ਸਾਥੀ ਉਸਦੇ ਨਾਲ ਸੀ ਇਨਕਾਊਂਟਰ ਦੇ ਵਿੱਚ ਮਾਰਿਆ ਗਿਆ ਹੈ ਕਾਲਾ ਧਨੌਲਾ, ਔਰ ਕਾਲਾ ਧਨੌਲਾ ਦੇ ਨਾਲ ਤਿੰਨ ਉਸਦੇ ਸਾਥੀ ਹੋਰ ਸਨ ਜਿਨ੍ਹਾਂ ਨੂੰ ਕਾਬੂ ਕਰ ਲਿਆ ਗਿਆ। ਪੁੱਛਗਿੱਛ ਹੁਣ ਲਾਜ਼ਮੀ ਤੌਰ ਤੇ ਪੁਲਿਸ ਅੱਗੇ ਕਰੇਗੀ। ਦੋ ਪੁਲਿਸ ਮੁਲਾਜ਼ਮ 20 ਜ਼ਖਮੀ ਹੋਏ ਨੇ ਇਸ ਪੂਰੇ ਇਨਕਾਊਂਟਰ ਦੇ ਵਿੱਚ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ। ਕਾਲਾ ਧਨੌਲਾ ਜਿਸਦੀ ਇਨਪੁੱਟ ਪੁਲਿਸ ਦੇ ਕੋਲ ਸੀ ਔਰ ਇਨਪੁੱਟ ਤੋਂ ਬਾਅਦ ਪੁਲਿਸ ਲਗਾਤਾਰ ਉਹਨਾਂ ਨੂੰ ਟਰੇਸ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਕਾਲਾ ਧਨੌਲਾ ਨੂੰ ਖਾਸ ਤੌਰ ਤੇ ਜਨਵਰੀ ਦੇ ਵਿੱਚ ਵਾਪਰੇ ਪੂਰੇ ਘਟਨਾਕ੍ਰਮ ਤੋਂ ਬਾਅਦ ਤੇ ਉਸ ਤੋਂ ਬਾਅਦ ਹੁਣ ਕਾਲਾ ਧਨੌਲਾ ਤੁਸੀਂ ਕਹਿ ਸਕਦੇ ਹੋ ਕਿ ਪੁਲਿਸ ਦੇ ਰਡਾਰ ਦੇ ਉੱਤੇ ਤਾਂ ਲਾਜ਼ਮੀ ਤੌਰ ਸੀ। ਜਿਵੇਂ ਸੰਦੀਪ ਗੋਇਲ ਜ਼ਿਕਰ ਕਰ ਰਹੇ ਸਨ AGTF ਦੇ AIG, ਉਹਨਾਂ ਨੇ ਜ਼ਿਕਰ ਕੀਤਾ ਕਿ ਸਾਡਾ ਫੋਕਸ ਸੀ ਕਿਸ ਤਰੀਕੇ ਨਾਲ ਕਾਬੂ ਕੀਤਾ ਜਾਵੇ, ਲਗਾਤਾਰ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਇਸ ਵਿਚਾਲੇ ਕਾਲਾ ਧਨੌਲਾ ਤੱਕ ਪੁਲਿਸ ਪਹੁੰਚਣ ਦੇ ਵਿੱਚ ਕਾਮਯਾਬ ਰਹੀ। ਘੇਰਾ ਪਾਇਆ ਗਿਆ ਤੇ ਤਿੰਨ ਉਸਦੇ ਸਾਥੀ ਹੋਰ ਸੀ, ਯਾਨੀ ਕਿ ਟੋਟਲ 4 ਉਸਦੇ ਸਾਥੀ ਉੱਥੇ ਮੌਜੂਦ ਸਨ ਸਣੇ ਕਾਲਾ ਧਨੌਲਾ, ਉਹਨਾਂ ਦੇ ਵੱਲੋਂ ਫਾਇਰਿੰਗ ਕਰ ਦਿੱਤੀ ਗਈ ਤਾਂ ਉਸ ਤੋਂ ਬਾਅਦ ਪੁਲਿਸ ਨੇ ਵੀ ਜਵਾਬੀ ਫਾਇਰ ਕੀਤਾ ਨੇ ਔਰ ਜਵਾਬੀ ਫਾਇਰਿੰਗ ਦੇ ਵਿੱਚ ਕਾਲਾ ਧਨੌਲਾ ਦੀ ਡੈਥ ਹੋ ਚੁੱਕੀ ਹੈ, ਕਾਲਾ ਧਨੌਲਾ ਦੀ ਮੌਤ ਹੋ ਚੁੱਕੀ ਹੈ ਔਰ ਬਰਨਾਲਾ ਦੇ ਵਿੱਚ ਇਹ ਐਨਕਾਊਂਟਰ ਹੋਇਆ। ਬਰਨਾਲਾ ਸੰਗਰੂਰ ਰੋਡ ਦੇ ਉੱਤੇ ਜਿਵੇਂ ਉਹ ਜਾਣਕਾਰੀ ਦੇ ਰਹੇ ਸਨ ਕਿ ਬੜਬਰ ਥਾਂ ਇਹ ਬੜਬਰ ਪਿੰਡ ਹੈ ਤੇ ਉਸਦੇ ਨੇੜੇ ਹੀ ਇਹ ਪੂਰਾ ਘਟਨਾਕ੍ਰਮ ਵਾਪਰਿਆ। ਜਦੋਂ ਪੁਲਿਸ ਦੀ ਟੀਮ ਪਹੁੰਚੀ ਸੀ ਤਾਂ ਫਿਰ ਕਾਲਾ ਧਨੌਲਾ ਤੇ ਉਸਦੇ ਸਾਥੀਆਂ ਦੇ ਵੱਲੋਂ ਗੋਲੀ ਚਲਾਈ ਗਈ, ਪੁਲਿਸ ਨੇ ਵੀ ਜਵਾਬੀ ਐਕਸ਼ਨ ਲਿਆ ਤੇ ਉਸ ਤੋਂ ਬਾਅਦ ਇਹ ਜਿਹੜਾ ਐਨਕਾਊਂਟਰ ਕਰ ਦਿੱਤਾ ਗਿਆ ਤੇ ਕਾਲਾ ਧਨੌਲਾ ਦੀ ਮੌਤ ਹੋ ਗਈ। ਕਾਬਲੇ ਗੌਰ ਹੈ ਕਿ ਸੰਦੀਪ ਗੋਇਲ ਤੇ ਉਹਨਾਂ ਦੇ ਨਾਲ ਵਿਕਰਮ ਬਰਾੜ
ਜਿਹੜੀ AGTF ਦੀ ਟੀਮ ਹੈ ਉਹਨਾਂ ਦੀ ਅਗਵਾਈ ਦੇ ਵਿੱਚ ਇਸ ਪੂਰੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਔਰ ਕਾਲਾ ਧਨੌਲਾ ਨੂੰ ਲਗਾਤਾਰ ਟਰੇਸ ਕੀਤਾ ਜਾ ਰਿਹਾ ਸੀ ਪੁਲਿਸ ਦੇ ਵੱਲੋਂ ਔਰ ਆਖਿਰ ਪੁਲਿਸ ਦੇ ਕੋਲ ਇੰਟੈਲੀਜੈਂਸ ਸੀ, ਪੂਰੀ ਇਤਲਾਹ ਸੀ ਅਤੇ ਉਸ ਤੋਂ ਬਾਅਦ ਕਾਲਾ ਧਨੌਲਾ ਤੱਕ ਪੁਲਿਸ ਪਹੁੰਚਣ ਦੇ ਵਿੱਚ ਕਾਮਯਾਬ ਰਹੀ ਅਤੇ ਉਸ ਤੋਂ ਬਾਅਦ ਤੁਸੀਂ ਕਹਿ ਸਕਦੇ ਹੋ ਕਿ ਕਾਬੂ ਕਰ ਲਿਆ ਗਿਆ, ਇਨਫੈਕਟ ਘੇਰਾ ਪਾ ਲਿਆ ਗਿਆ ਅਤੇ ਉਸਦੇ 3 ਸਾਥੀ ਕਾਬੂ ਕਰ ਲਏ ਗਏ, ਜਦਕਿ ਕਾਲਾ ਧਨੌਲਾ ਦਾ ਮੌਕੇ ਦੇ ਉੱਤੇ ਹੀ ਇਨਕਾਊਂਟਰ ਹੋ ਗਿਆ ਅਤੇ ਉਸਦੀ ਮੌਤ ਹੋ ਗਈ। ਸਾਡੇ ਸਹਿਯੋਗੀ ਪੰਕਜ ਕਪਾਹੀ ਨੇ ਗੱਲਬਾਤ ਕੀਤੀ ਹੈ AIG AGTF ਸੰਦੀਪ ਗੋਇਲ ਦੇ ਨਾਲ। ਤੁਹਾਨੂੰ ਇੱਕ ਵਾਰ ਫਿਰ ਤੋਂ ਸੁਣਾਉਂਦੇ ਹਾਂ ਕਿ ਇਸ ਐਕਸਕਲੂਸਿਵ ਗੱਲਬਾਤ ਦੇ ਵਿੱਚ ਕਾਲਾ ਧਨੌਲਾ ਨੂੰ ਲੈ ਕੇ ਪੁਲਿਸ ਦੇ ਅਧਿਕਾਰੀ ਕੀ ਕੁਝ ਜਾਣਕਾਰੀ ਦਿੰਦੇ ਹੋਏ ਨਜ਼ਰ ਆਏ ਨੇ। ਕਾਲਾ ਧਨੌਲਾ ਗੈਂਗਸਟਰ AGTF ਵੱਲੋਂ ਐਨਕਾਊਂਟਰ ਕਰ ਦਿੱਤਾ ਗਿਆ ਹੈ। AGTF ਦੇ AG ਸੰਦੀਪ ਗੋਇਲ ਦੇ ਨਾਲ ਗੱਲਬਾਤ ਕਰਦੇ ਹਾਂ। ਗੋਇਲ ਸਾਹਿਬ, ਐਨਕਾਊਂਟਰ ਬਾਰੇ ਜਾਣਨਾ ਚਾਹੁੰਦੇ ਹਾਂ ਕਿ ਪੂਰਾ ਮਾਮਲੇ, ਕਿੰਨੇ ਮਾਮਲੇ ਇਸ ਦੇ ਉੱਤੇ ਦਰਜ ਸੀਗੇ ਔਰ ਕਿਵੇਂ ਇਸ ਦਾ ਪਿੱਛਾ ਜਿਹੜਾ ਉਹ ਕੀਤਾ ਜਾ ਰਿਹਾ ਸੀ। ਦੇਖੋ, ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦਾ ਕਿ ਗੁਰਮੀਤ ਸਿੰਘ ਕਾਲਾ ਧਨੌਲਾ ਔਰ ਕਾਲਾ ਧਨੌਲਾ ਇਹ ਧਨੌਲੇ ਦੇ ਰਹਿਣ ਵਾਲਾ ਸੀਗਾ ਤਾਂ ਇਸ ਦੇ ਵਿਰੁੱਧ ਕਾਫੀ ਮਤਲਬ 50 ਤੋਂ ਵੱਧ ਪਰਚੇ ਦਰਜ ਸਨ। ਇਹਦੇ 302 ਦੇ ਕੇਸ ਵਿੱਚ ਸਜ਼ਾ ਯਾਫਤਾ ਵੀ ਹੈਗਾ। ਇਹਨੇ ਪਿੱਛੇ ਜੇ ਆ ਜਨਵਰੀ ਤੇ ਫਰਵਰੀ ਦੇ ਮਹੀਨੇ ਦੇ ਵਿੱਚ ਬਰਨਾਲੇ ਦੇ ਵਿੱਚ ਇੱਕ ਬੰਦੇ 'ਤੇ ਜਾਨਲੇਵਾ ਹਮਲਾ ਕੀਤਾ, ਉਹਦੇ ਵਿੱਚ ਇਹ ਭਗੌੜਾ ਸੀਗਾ ਅਤੇ ਇਸਨੇ ਇਸ ਏਰੀਆ ਦੇ ਵਿੱਚ ਬਰਨਾਲਾ ਅਤੇ ਨਾਲ ਦੇ ਸੰਗਰੂਰ ਦੇ ਏਰੀਆ ਵਿੱਚ ਕਾਫੀ ਦਹਿਸ਼ਤ ਫੈਲਾਈ ਵੀ ਸੀਗੀ ਅਤੇ ਇਸ ਕਰਕੇ ਇਹ ਬਰਨਾਲਾ ਪੁਲਿਸ ਅਤੇ AGTF ਸਾਰੀ ਇਹਦੇ 'ਤੇ ਹੌਟ ਪਰਸਿਊਟ 'ਤੇ ਸੀਗੀ। ਅਸੀਂ ਟੈਕਨੀਕਲ ਇਨਪੁੱਟ ਅਤੇ ਹਿਊਮਨ ਇੰਟੈਲੀਜੈਂਸ ਨਾਲ ਕੜੀ ਨਾ ਕੜੀ ਜੋੜਦੇ ਹੋਏ ਅਸੀਂ ਇਸ ਨੂੰ ਅੱਜ ਇੱਥੇ ਬਡਬਰ ਦੇ ਇਲਾਕੇ, ਧਨੌਲਾ ਪੁਲਿਸ ਥਾਣੇ ਦੇ ਇਲਾਕੇ ਦੇ ਵਿੱਚ ਇਸ ਨੂੰ ਇੱਕ ਟਰੈਪ ਕੀਤਾ ਸੀਗਾ ਅਤੇ ਇਸਨੇ ਪੁਲਿਸ ਨੂੰ ਦੇਖ ਕੇ ਅਤੇ ਹੈਵਲੀ ਆਰਮਡ ਸੀਗਾ ਅਤੇ ਇਸਨੇ ਕਾਫੀ ਫਾਇਰਿੰਗ ਕੀਤੀ ਹੈਗੀ ਹੈ, ਜਿਹਦੇ ਵਿੱਚ ਸਾਡਾ ਇੰਸਪੈਕਟਰ ਪੁਸ਼ਪਿੰਦਰ ਸਿੰਘ ਉਸਦੇ ਗੋਲੀ ਵੱਜੀ ਹੈਗੀ ਹੈ, ਉਸਨੂੰ ਮੈਡੀਕਲ ਏਡ ਕਰਵਾਈ ਦਿੱਤੀ ਜਾ ਰਹੀ ਹੈ ਅਤੇ ਇੱਕ ਸਾਡਾ ਸਬ ਇੰਸਪੈਕਟਰ ਜਸਪ੍ਰੀਤ ਸਿੰਘ ਹੈ ਉਹ ਵੀ ਇੰਜਰਡ ਹੈਗਾ। ਸੋ ਇਹ ਸਾਰਾ ਘਟਨਾਕ੍ਰਮ ਹੈ, ਇਸ ਵਿੱਚ ਐਕਸਚੇਂਜ ਆਫ ਫਾਇਰ ਦੇ ਵਿੱਚ ਜਿਹੜਾ ਹੈਗਾ ਗੁਰਮੀਤ ਸਿੰਘ ਏਲੀਅਸ ਕਾਲਾ ਧਨੌਲਾ ਨਿਊਟਰਲਾਈਜ਼ ਕਰ ਦਿੱਤਾ। ਇਹ ਕਾਲਾ ਧਨੌਲਾ ਇਕੱਲਾ ਸੀਗਾ ਜਾਂ ਫਿਰ ਇਸਦੇ ਨਾਲ ਕੋਈ ਹੋਰ ਵੀ ਸੀਗਾ? ਇਸਦੇ ਨਾਲ ਇਹਦੇ 3 ਸਾਥੀ ਹੋਰ ਕਾਬੂ ਕੀਤੇ, ਉਹਨਾਂ ਦੀ ਸਾਰਿਆਂ ਦੀ ਉਹ ਸਾਰੀ ਸ਼ਨਾਖਤ ਅਤੇ ਪੁੱਛਗਿੱਛ ਕੀਤੀ ਜਾਏਗੀ ਜਿਹੜੀ ਹਲੇ ਤਾਂ ਹਲੇ ਮਤਲਬ ਇਟ ਇਜ਼ ਇਨੀਸ਼ੀਅਲ ਅਤੇ ਉਸ ਤੋਂ ਬਾਅਦ ਹੀ ਮੈਂ ਕੁਛ ਇਸਦੇ ਬਾਰੇ ਕਹਿ ਪਾਵਾਂਗਾ। ਸਰ, ਇਹ ਕਿਸੇ ਗੈਂਗ ਨਾਲ ਵੀ ਤਾਲੁਕ ਰੱਖਦਾ ਸੀ ਜਾਂ ਇਸਦੀ ਆਪਣੀ ਵੱਖ-ਵੱਖ ਗੈਂਗਾਂ ਦੇ ਨਾਲ ਇਹਦੀ ਅਫੀਲੀਏਸ਼ਨ ਸੀਗੀ, ਬਟ ਮੋਰਲੈਸ ਇਸਨੇ ਆਪਣਾ ਗੈਂਗ ਹੀ ਬਣਾਇਆ ਹੋਇਆ ਸੀ। ਕਾਫੀ ਦੇਰ ਤੋਂ ਇਹ ਸਕ੍ਰਿਯ ਸੀਗਾ ਬਰਨਾਲਾ ਦੇ ਏਰੀਆ ਵਿੱਚ 20 ਸਾਲਾਂ ਤੋਂ ਅਤੇ ਜਿਸ ਤਰ੍ਹਾਂ ਮੈਂ ਆਪ ਨੂੰ ਦੱਸਿਆ ਪਹਿਲਾਂ 302 ਦੇ ਕੇਸ ਵਿੱਚ ਵੀ ਇਹ ਸਜ਼ਾ ਯਾਫਤਾ ਹੈਗਾ ਅਤੇ ਕਾਫੀ ਕੇਸਾਂ ਵਿੱਚ ਕਿਉਂਕਿ ਇਹ ਡਰਾ ਧਮਕਾ ਲੈਂਦਾ ਸੀਗਾ ਅਤੇ ਆਪਣੇ ਗਵਾਹ ਨੂੰ ਬਿਠਾ ਲੈਂਦਾ ਸੀ ਅਤੇ ਬਰੀ ਹੋ ਜਾਂਦਾ ਸੀ ਅਤੇ ਇਸਨੇ ਕਾਫੀ ਆਪਣਾ ਮਤਲਬ ਦਹਿਸ਼ਤ ਦਾ ਮਾਹੌਲ ਬਣਾਇਆ ਹੋਇਆ ਸੀਗਾ ਇਸ ਏਰੀਆ ਦੇ ਵਿੱਚ ਅਤੇ ਹੁਣ ਇਸਨੇ ਜਨਵਰੀ ਦੇ ਵਿੱਚ ਇੱਕ ਇੱਥੇ ਬਾਲਾ ਨਾਮ ਦੇ ਵਿਅਕਤੀ 'ਤੇ ਕਾਫੀ ਗੋਲੀਆਂ ਚਲਾਈਆਂ ਸੀ ਅਤੇ ਉਸਨੂੰ ਲਗਭਗ ਮਾਰ ਕੇ ਹੀ ਸੁੱਟ ਚੁੱਕਿਆ ਸੀਗਾ ਪਰ ਉਹ ਬਚ ਗਿਆ ਹੈਗਾ। ਉਹਦੇ ਵਿੱਚ ਇਹ ਕੇਸ ਵਿੱਚ ਇਹ ਭਗੌੜਾ ਸੀਗਾ। ਦੂਸਰਾ ਵੀ ਹੈ ਸਰ, ਕਿਉਂਕਿ ਇਹ ਕਿਤੇ ਜਾ ਰਿਹਾ ਸੀਗਾ ਜਾਂ ਇਹਨੂੰ ਘੇਰਾ ਪਾਇਆ ਗਿਆ, ਕਿੱਥੇ ਸੀਗਾ? ਸਾਨੂੰ ਜਿਵੇਂ ਮੈਂ ਤੁਹਾਨੂੰ ਦੱਸਿਆ ਟੈਕਨੀਕਲ 'ਤੇ ਸਾਡੇ ਕੋਲ ਹਿਊਮਨ ਇਨਪੁੱਟ ਸੀਗੀ ਅਤੇ ਅਸੀਂ ਇਸ ਨੂੰ ਬਰਬਰ ਟਰੋਲ ਪਲਾਸ ਦੇ ਅੱਗੇ ਇੱਕ ਹਵੇਲੀ ਦੇ ਕੋਲ ਬੈਕ ਦੇ ਵਿੱਚ ਹਵੇਲੀ ਦੇ ਉਹਦੇ ਆਸੇ ਪਾਸੇ ਸਾਰੇ ਕਣਕ ਉੱਗੀ ਹੋਈ ਆ ਉਹਦੇ ਵਿੱਚ ਇਸ ਨੂੰ ਅਸੀਂ ਟਰੈਪ ਕੀਤਾ ਸੀਗਾ। ਇਸਨੇ ਪੁਲਿਸ ਨੂੰ ਟਰੈਪ ਵੇਚਦੇ ਹੋਏ ਅਤੇ ਸਾਡੇ 'ਤੇ ਗੋਲੀ ਚਲਾਈ ਹੈਗੀ ਅਤੇ ਐਕਸਚੇਂਜ ਆਫ ਫਾਇਰ ਦੇ ਵਿੱਚ ਹੀ ਹੈਜ਼ ਬੀਨ ਨਿਊਟਰਲਾਈਜ਼ਡ। ਔਰ ਜਿਹੜੇ ਪੁਲਿਸ ਦੇ ਮੁਲਾਜ਼ਮ ਫੱਟੜ ਹੋਏ ਨੇ ਉਹਨਾਂ ਦੀ ਹਾਲਤ ਕਿਵੇਂ ਦੱਸੀ ਜਾ ਰਹੀ ਹੈ? ਉਹਨਾਂ ਨੂੰ ਅਸੀਂ ਹਸਪਤਾਲ ਰੈਫਰ ਕੀਤਾ ਹੈਗਾ ਅਤੇ ਫਿਰ ਉਸ ਤੋਂ ਬਾਅਦ ਹੀ ਮੈਂ ਤੁਹਾਨੂੰ ਇਸ ਬਾਰੇ ਅਪਡੇਟ ਦੇ ਪਾਵਾਂ। ਤਾਂ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ 'ਚ ਅੱਗੇ ਜਾਂਚ ਕੀਤੀ ਜਾ ਰਹੀ ਹੈ, ਉਸਦੇ ਸਾਥੀਆਂ ਤੋਂ ਪੁੱਛ ਪੜਤਾਲ ਹੋਏਗੀ। ਜਿਵੇਂ ਸੰਦੀਪ ਗੋਇਲ ਸਾਨੂੰ ਜਾਣਕਾਰੀ ਦੇ ਰਹੇ ਸਨ ਪੰਕਜ ਕਪਾਹੀ ਦੇ ਨਾਲ ਗੱਲਬਾਤ ਦੇ ਦੌਰਾਨ।